ਜੇਕਰ ਅਸੀਂ ਵੀ ਦਿਲ ਤੋਂ ਇੱਛਾ ਕਰੀਏ ਤਾਂ ਆਪਣੇ ਘੱਟ ਤੋਂ ਘੱਟ ਸਾਧਨਾ ਤੋਂ ਵੀ ਸਮਾਜ ਸੇਵਾ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਜ਼ਰੂਰ ਕਰ ਸਕਦੇ ਹਾਂ ਜਿਸ ਤੋਂ ਸਾਡਾ ਜੀਵਨ ਆਪਣੇ ਅਤੇ ਦੂਜਿਆਂ ਦੀ ਨਜ਼ਰ ਵਿੱਚ ਸਫਲ ਹੋ ਸਕੇ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ ਪੁਸਤਕ ਦਾ ਨਾਮ ਪਰਫੁੱਲ ਚੰਦਰ ਰਾਏ ਪੁਸਤਕ ਦੀ ਜਾਣਕਾਰੀ ਆਚਾਰੀਆ ਪਰਫੁੱਲ ਚੰਦਰ ਰਾਏ ਭਾਰਤ ਦੇ ਰਸਾਇਣ ਵਿਗਿਆਨ ਦੇ ਸਭ ਤੋਂ ਪ੍ਰਥਮ ਉੱਚ ਕੋਟੀ ਦੇ ਜਾਣਕਾਰ ਸਨ ਜਿਨ੍ਹਾਂ ਦੀ ਯੋਗਤਾ ਨੂੰ ਅੰਤ ਵਿੱਚ ਵਿਦੇਸ਼ੀ ਸਰਕਾਰ ਨੇ ਵੀ ਸਵੀਕਾਰ ਕਰਕੇ ਸਰ ਦੀ ਉਪਾਦੀ ਦਿੱਤੀ ਹਾਲਾਂਕਿ ਇਹਨਾਂ ਤੋਂ ਬਾਅਦ ਹੋਰ ਵੀ ਕਈ ਭਾਰਤੀਆਂ ਨੇ ਵਿਗਿਆਨ ਵਿੱਚ ਜ਼ਿਕਰਯੋਗ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਪਰ ਪ੍ਰਫੁੱਲ ਬਾਬੂ ਨੇ ਇੰਨੀ ਜ਼ਿਆਦਾ ਵਿਦਿਆ ਤੇ ਪਦਵੀ ਪ੍ਰਾਪਤ ਕਰਕੇ ਉਸ ਨੂੰ ਜਿਸ ਤਰ੍ਹਾਂ ਲੋਕ ਕਲਿਆਣ ਦੇ ਉਦੇਸ਼ ਤੋਂ ਕੁਰਬਾਨ ਕਰ ਦਿੱਤਾ ਉਸ ਦਾ ਹੋਰ ਕੋਈ ਉਦਾਹਰਣ ਮਿਲਣਾ ਮੁਸ਼ਕਲ ਹੈ ਉਹਨਾਂ ਦੀ ਸਾਦਗੀ ਅਤੇ ਗਰੀਬੀ ਦੇ ਰਹਿਣ ਸਹਿਣ ਨੂੰ ਦੇਖ ਕੇ ਪੂਜਨਿਕ ਗੋਖਲੇ ਜੀ ਉਹਨਾਂ ਨੂੰ ਵਿਗਿਆਨਿਕ ਸਾਧੂ ਕਿਹਾ ਜਾਂਦਾ ਹੈ ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜੋ ਸਾਨੂੰ ਇੱਕ ਸਾਧੂ ਵਿਗਿਆਨਿਕ ਆਚਾਰ્ય ਪਰਫੁੱਲ ਚੰਦਰ ਰਾਏ ਦੀ ਜੀਵਨੀ ਦੇ ਬਾਰੇ ਦੱਸਦੀ ਹੈ ਅਤੇ ਸਾਦਾ ਜੀਵਨ ਉੱਚ ਵਿਚਾਰ ਦੀ ਨੀਤੀ ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਕਿਹਾ ਜਾਂਦਾ ਹੈ ਕਿ ਪ੍ਰਫੁੱਲ ਚੰਦ ਬਾਬੂ ਦੇ ਜਤਨਾ ਤੋਂ ਬਹੁਤ ਸਾਰੇ ਨਵੇਂ ਵਿਗਿਆਨਿਕ ਤਿਆਰ ਹੋਏ ਸਾਰ ਹੋਏ ਜਿਨ੍ਹਾਂ ਨੇ ਨਾ ਕੇਵਲ ਦੇਸ਼ ਦੇ ਵੱਡੇ ਵੱਡੇ ਵਿਦਿਆਲਿਆਂ ਵਿੱਚ ਜਾ ਕੇ ਵਿਗਿਆਨ ਦੀ ਸਿੱਖਿਆ ਦਾ ਪ੍ਰਸਾਰ ਕੀਤਾ ਬਲਕਿ ਉਹਨਾਂ ਵਿੱਚੋਂ ਕਿੰਨਿਆਂ ਨੇ ਅਜਹੀਆਂ ਖੋਜਾਂ ਕੀਤੀਆਂ ਜਿਨ੍ਹਾਂ ਦੇ ਕਾਰਨ ਉਹਨਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਪੁਸਤਕ ਦੇ ਕੁਝ ਅੰਸ਼ ਇੰਨੇ ਵੱਡੇ ਵਿਦਵਾਨ ਅਤੇ ਸਾਧਨ ਸੰਪੰਨ ਵਿਅਕਤੀ ਪਰਉਪਕਾਰ ਸਰਵ ਉੱਚ ਧਰਮ ਮੰਨ ਕੇ ਇੰਨਾ ਜ਼ਿਆਦਾ ਤਿਆਗ ਕਰ ਸਕਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਉਸ ਮਾਰਗ ਤੇ ਕੁਝ ਥੋੜਾ ਜਿਹਾ ਚਲਣਾ ਹੀ ਚਾਹੀਦਾ ਹੈ ਜੋ ਵਿਅਕਤੀ ਇਸ ਕਰਤਵ ਪਾਲਨਾ ਤੋਂ ਅੱਡ ਅਤੇ ਬੇਪਰਵਾਹ ਰਹਿੰਦੇ ਹਨ ਉਹ ਮਨੁੱਖ ਕਹਾਉਣ ਦੇ ਅਧਿਕਾਰੀ ਨਹੀਂ ਹੋ ਸਕਦੇ ਨੁਕਸਾਨ ਹੋਣ ਦੇ ਵੀ ਆਪਣੇ ਸਿਧਾਂਤਾਂ ਤੇ ਦ੍ਰਿੜ ਦ੍ਰਿੜ ਰਹਿਣਾ ਮਹਾਪੁਰਸ਼ਾਂ ਦੀ ਇੱਕ ਪਛਾਣ ਹੈ ਜੇਕਰ ਕੋਈ ਸਾਨੂੰ ਛੋਟਾ ਸਮਝਦਾ ਹੈ ਤਾਂ ਅਸੀਂ ਆਪਣੇ ਆਚਰਣ ਵਿਵਹਾਰ ਅਤੇ ਸਫਲਤਾ ਰਾਹੀਂ ਆਪਣੇ ਨੂੰ ਮਹੱਤਵਪੂਰਨ ਦਿਖਾ ਸਕਦੇ ਹਾਂ ਭਾਰਤੀ ਲੋਕ ਆਪਣੇ ਉਜਲ ਭੂਤਕਾਲ ਅਤੇ ਸੁੱਤੀ ਹੋਈ ਵਿਸ਼ਾਲ ਸ਼ਕਤੀਆਂ ਨੂੰ ਜਾਣ ਲੈਣ ਤਾਂ ਅੱਗੇ ਚੱਲ ਕੇ ਵੀ ਜ਼ਿਆਦਾ ਗੌਰਵਮਈ ਭਵਿੱਖ ਦੀ ਉਮੀਦ ਰੱਖ ਸਕਦੇ ਹਨ ਅਸੀਂ ਆਪਣੇ ਦੇਸ਼ ਦਾ ਸੁਧਾਰ ਅਤੇ ਕਲਿਆਣ ਆਪਣੇ ਸਾਧਨਾ ਅਤੇ ਯਤਨਾਂ ਨਾਲ ਕਰ ਸਕਦੇ ਹਾਂ ਦੂਜਾ ਕੋਈ ਸਾਡੀ ਇੰਨੀ ਸਹਾਇਤਾ ਨਹੀਂ ਕਰੇਗਾ ਜਿਸ ਤੋਂ ਅਸੀਂ ਸ਼ਕਤੀਸ਼ਾਲੀ ਬਣ ਜਾਈਏ ਰਾਸ਼ਟਰ ਦਾ ਨਿਰਮਾਣ ਅਸੀਂ ਆਪਣੀ ਹਿੰਮਤ ਤੋਂ ਹੀ ਕਰ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਵਰਤਮਾਨ ਯੁੱਗ ਵਿਗਿਆਨ ਪ੍ਰਧਾਨ ਹੈ ਅਤੇ ਅੱਜਕੱਲ੍ਹ ਉਹੀ ਦੇਸ਼ ਪ੍ਰਗਤੀਸ਼ੀਲ ਅਤੇ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ ਜੋ ਵਿਗਿਆਨ ਦੀ ਦ੍ਰਿਸ਼ਟੀ ਤੋਂ ਅਗਾਵਾਦੂ ਹਨ। ਪੁਸਤਕ ਦੇ ਕੁਝ ਬਿੰਦੂ ਮਹਾਨ ਵਿਗਿਆਨਕ ਪ੍ਰਫੁੱਲ ਚੰਦਰ ਰਾਏ ਤਿਆਗਮਈ ਜੀਵਨ, ਵਿਦਿਆਪ੍ਰੇਮ ਅਤੇ ਉੱਚ ਆਦਰਸ਼, ਸਮਾਜ ਸੁਧਾਰ ਦੀ ਭਾਵਨਾ, ਆਤਮ ਨਿਰਭਰ ਅਤੇ ਕਿਫਾਇਤੀ ਜੀਵਨ, ਰਸਾਇਣ ਵਿਗਿਆਨ ਦੇ ਅਚਾਰਿਆ, ਗੋਰੇ ਅਤੇ ਕਾਲੇ ਵਿੱਚ ਭੇਦ ਭਾਵ ਨੀਤੀ ਵਿਗਿਆਨ ਦਾ ਸਮਾਜ ਸੇਵਾ ਦੇ ਲਈ ਉਪਯੋਗ ਬਾੜ ਦੇ ਸਮੇਂ ਸੇਵਾ ਕਾਰਜ ਜਨ ਤੱਕ ਜੀਵਨ ਅਤੇ ਖਾਦੀ ਪ੍ਰਸਾਰ ਰਾਸ਼ਟਰੀ ਸਨਮਾਨ ਦੀ ਪ੍ਰਾਪਤੀ